ਸਪਰਿੰਟਿੰਗ ਦੇ ਕੀ ਬੈਨੀਫਿਟ ਨੇ ਮਸਲ ਬਿਲਡ ਅਤੇ ਫੈਟ ਲੋ ਦੇ ਵਿੱਚ? ਕਈ ਤਰ੍ਹਾਂ ਦੀਆਂ ਕਾਰਡੀ ਹੁੰਦੀਆਂ ਨੇ, ਪਰ ਜਿਹੜੀ ਸਪਰਿੰਟ ਆ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਪੂਰੀ ਤੇਜ਼ ਭੱਜਣਾ ਅਤੇ ਆਪਣਾ 80 ਤੋਂ ਲੈ ਕੇ 100% ਮੈਕਸ ਦੇਣਾ ਉਹਦੇ ਵਿੱਚ, ਕਿਉਂਕਿ ਬੰਦਾ ਜਦੋਂ ਭੱਜਦਾ ਪੂਰੀ ਤੇਜ਼ ਫਿਰ ਉਹ ਆਪਣੀ ਪੂਰੀ ਜਾਨ ਲਾ ਆਉਂਦਾ ਉਹਦੇ 'ਚ, ਉਹਦੇ ਬਹੁਤ ਜ਼ਿਆਦਾ ਬੈਨੀਫਿਟ ਨੇ। ਇਹਦੇ ਵਿੱਚ ਤੁਹਾਡੀ ਸਾਰੀ ਬਾਡੀ ਦੇ ਇਕੱਲੇ ਇਕੱਲੇ ਮਸਲ ਦਾ ਜ਼ੋਰ ਲੱਗਦਾ, ਅਤੇ ਜਦੋਂ ਤੁਸੀਂ ਇੱਕ ਵਾਰ ਪੂਰੀ ਆਪਣੀ ਬਾਡੀ ਨੂੰ ਆਪਣੇ ਮੈਕਸ ਰੇਟ 'ਤੇ ਪੁਸ਼ ਕਰਦੇ ਹੋ, ਮੰਨ ਲਓ ਤੁਸੀਂ 10-15 ਸਪਰਿੰਟ ਹੀ ਲਾ ਲਈਆਂ ਮੋਰਨਿੰਗ ਟਾਈਮ ਦੇ ਵਿੱਚ, ਤਾਂ ਸਾਰਾ ਦਿਨ ਤੁਹਾਡੀ ਬਾਡੀ ਕੈਲਰੀ ਬਰਨ ਕਰਦੀ ਰਹੂਗੀ, ਜਿਹਨੂੰ ਕਹਿੰਦੇ ਨੇ ਆਫਟਰ ਬਰਨ ਇਫੈਕਟ, ਜਿਹਦਾ ਦੂਜਾ ਨਾਮ ਆ EPOC, ਐਕਸੈਸ ਪੋਸਟ ਆਕਸੀਜਨ ਕੰਜੰਕਸ਼ਨ। ਮਤਲਬ ਤੁਹਾਡੀ ਬਾਡੀ ਉਹ ਵਰਕਆਊਟ ਤੋਂ ਬਾਅਦ ਵੀ ਸਟ੍ਰੈਸ ਰਹਿੰਦਾ ਬਾਡੀ 'ਤੇ, ਆਕਸੀਜਨ ਦੀ ਡਿਮਾਂਡ ਵਧੀ ਹੁੰਦੀ ਆ, ਤੁਹਾਡੀ ਬਾਡੀ ਪਿੱਛੋਂ ਵੀ ਸਾਰੇ ਦਿਨ 'ਚ ਫੈਟ ਬਰਨ ਕਰਦੀ ਰਹਿੰਦੀ ਆ। ਜੇ ਤੁਸੀਂ ਉੱਥੇ ਲਾਈਟ ਕਾਰਡੀਓ ਵੀ ਕਰੀ ਆ ਫਿਰ ਤੁਹਾਨੂੰ ਆਫਟਰ ਬਰਨ ਇਫੈਕਟ ਨਹੀਂ ਆਉਣੇ, ਉਦੋਂ ਤੁਹਾਡੀ ਕੈਲਰੀ ਬਰਨ ਹੋਊਗੀ। ਪਰ ਜੇ ਸਪਰਿੰਟ ਲਾਈ ਆ, ਚਾਹੇ ਤੁਸੀਂ 100 ਮੀਟਰ ਦੀ ਲਾਓ ਚਾਹੇ 70 ਦੀ ਲਾਓ, ਪੂਰਾ ਆਪਣੇ ਆਪ ਨੂੰ ਪੁਸ਼ ਕਰਨਾ, ਤਾਂ ਤੁਹਾਡੀ ਬਾਡੀ ਜਿਵੇਂ ਮੈਂ ਕਿਹਾ ਸਾਰੀ ਦਿਹਾੜੀ ਤੁਹਾਡੀ ਬਾਡੀ ਦਾ ਮੈਟਾਬੋਲਿਕ ਰੇਟ ਹਾਈ ਰਹਿੰਦਾ, ਘਰ ਬੈਠੇ ਬੈਠੇ ਵੀ ਕੈਲਰੀ ਬਰਨ ਕਰਦੇ ਹੋ ਸਾਰੀ ਦਿਹਾੜੀ ਦੇ ਵਿੱਚ। ਹੋਰ ਬੈਨੀਫਿਟ ਹਿੱਟ ਕਾਰਡੀਓ ਦੇ ਆ ਕਿ ਤੁਹਾਡੀ ਸਾਰੀ ਬਾਡੀ ਦੇ ਮਸਲ ਕੰਮ ਕਰਦੇ ਨੇ। ਹੁਣ ਜੇ ਸਾਰੀ ਬਾਡੀ ਦੇ ਮਸਲ ਕੰਮ ਕਰਨਗੇ ਤਾਂ ਤੁਹਾਡੇ ਮਸਲਾਂ ਦੇ ਵਿੱਚ ਗਲੂਕੋਸ਼ ਅਪਟੇਕ ਜ਼ਿਆਦਾ ਵਧੂਗੀ, ਜਿਵੇਂ ਬਹੁਤ ਆਪਾਂ ਨੋਰਮਲੀ ਕਾਰਬੋਹਾਈਡਰੇਟ ਖਾਂਦੇ ਹਾਂ। ਇੱਕ ਛੋਟੇ ਮਸਲ ਦਾ ਜੇ ਤੁਸੀਂ ਵਰਕ ਕਰਦੇ ਹੋ ਤਾਂ ਤੁਸੀਂ ਕਾਰਬ ਦਿਨ 'ਚ ਹਾਈ ਖਾਂਦੇ ਹੋ, ਫਿਰ ਤੁਹਾਡੇ ਕਾਰਬ ਕੀ ਕਰਦੇ ਨੇ, ਜਿਹੜੇ ਥੋੜ੍ਹੇ ਬਹੁਤ ਤੁਹਾਡੇ ਮਸਲ ਗਲਾਈਕੋਜਨ ਦੇ ਵਿੱਚ ਸਟੋਰ ਹੋਣਾ ਠੀਕ ਆ, ਬਾਕੀ ਤੁਹਾਡੇ ਬਲੱਡ 'ਚ ਰਹਿੰਦੇ ਨੇ ਉਹ ਜਾਂ ਐਕਸਟਰਾ ਫੈਟ ਸਟੋਰ 'ਚ ਜਾਂਦੇ ਨੇ। ਸੋ ਹੁਣ ਜਿਹੜੀ ਸਪਰਿੰਟ ਆ ਉਹਦੇ ਨਾਲ ਇਕੱਲੇ ਇਕੱਲੇ ਮਸਲ ਦਾ ਜ਼ੋਰ ਲੱਗਦਾ, ਫਿਰ ਮਸਲਾਂ ਦੇ ਵਿੱਚ ਬਾਡੀ ਦੇ ਇਕੱਲੇ ਇਕੱਲੇ ਮਸਲਾਂ ਦੇ ਵਿੱਚ ਗਲੂਟ ਫੋਰ ਟਰਾਂਸਪੋਰਟਰ ਜ਼ਿਆਦਾ ਆ ਜਾਂਦੇ ਨੇ। ਗਲੂਟ ਫੋਰ ਟਰਾਂਸਪੋਰਟਰ ਮਤਲਬ ਤੁਸੀਂ ਸਿੱਧਾ ਹੀ ਹਿਸਾਬ ਤਾਬ ਲਾ ਲਓ ਕਿ ਤੁਹਾਡੀ ਮਸਲ ਉਹ ਜਦੋਂ ਤੁਸੀਂ ਗਲੂਕੋਸ਼ ਖਾਂਦੇ ਹੋ ਕਾਰਬੋਹਾਈਡਰੇਟ ਖਾਂਦੇ ਹੋ ਉਹਨਾਂ ਨੂੰ ਜ਼ਿਆਦਾ ਆਪਣੇ 'ਚ ਸਟੋਰ ਕਰਨਗੇ, ਤੁਹਾਡੇ ਮਸਲ ਵੀ ਫੁੱਲ ਲੱਗਣਗੇ ਅਤੇ ਤੁਸੀਂ ਜ਼ਿਆਦਾ ਕਾਰਬੋਹਾਈਡਰੇਟਸ ਜਿਹੜੀ ਡਾਈਟ ਆ ਉਹ ਹੈਂਡਲ ਕਰ ਸਕਦੇ ਹੋ। ਮੋਸਟਲੀ ਆਪਾਂ ਨੂੰ ਇਹ ਬਹੁਤ ਪ੍ਰੋਬਲਮ ਆ, ਕਾਰਬ ਜ਼ਿਆਦਾ ਖਾਂਦੇ ਹਾਂ, ਜਿਹੜੀ ਇੰਸੂਲਿਨ ਸੈਂਸਿਟੀਵਿਟੀ ਆ ਉਹ ਘੱਟ ਆਪਣੀ। ਇੰਸੂਲਿਨ ਸੈਂਸਿਟੀਵਿਟੀ ਮਤਲਬ ਜੋ ਥੋੜ੍ਹਾ ਇੰਸੂਲਿਨ ਅੱਪ ਜਾਂਦਾ ਕਾਰਬ ਖਾਣ 'ਤੇ ਉਹ ਤੁਹਾਡੇ ਮਸਲਾਂ ਦੇ ਵਿੱਚ ਗਲਾਈਕੋਜਨ ਨੂੰ ਲੈ ਕੇ ਜਾਂਦਾ, ਇੰਸੂਲਿਨ ਦਾ ਕੰਮ ਆ ਇਹ। ਸੋ ਜੇ ਹੁਣ ਤੁਸੀਂ ਹਿੱਟ ਕਾਰਡੀਓ ਕਰੇਂਗੇ ਉਹ ਗਲੂਕੋਸ਼ ਨੂੰ ਜ਼ਿਆਦਾ ਤੁਹਾਡੀ ਬਾਡੀ ਅਪਡੇ ਕਰੂਗੀ। ਇੱਕ ਹੋਰ ਹਿੱਟ ਕਾਰਡੀ ਦਾ ਬੈਨੀਫਿਟ ਇਹ ਆ, ਜਦੋਂ ਸਾਰੀ ਬਾਡੀ ਦਾ ਜ਼ੋਰ ਲੱਗਦਾ, ਜਿਵੇਂ ਆਪਾਂ ਡੈਡ ਲਿਫਟ ਦੀ ਗੱਲ ਕਰਦੇ ਹੁੰਦੇ ਹਾਂ, ਸਕੁਆਡ ਦੀ ਗੱਲ ਕਰਦੇ ਹੁੰਦੇ ਹਾਂ, ਜਦੋਂ ਸਪਰਿੰਟ ਲੱਗਦੀ ਆ ਤੁਹਾਡੀ ਬਾਡੀ ਬਹੁਤ ਗਰੋਥ ਹਾਰਮੋਨ ਉੱਥੇ ਰਿਲੀਜ਼ ਕਰਦੀ ਆ, ਕਿਉਂਕਿ ਇੱਕੇ ਟਾਈਮ ਬਾਡੀ 'ਤੇ ਸਟ੍ਰੈਸ ਆਉਂਦਾ, ਸਾਰੀ ਬਾਡੀ ਦਾ ਆਪਾਂ 100% ਜ਼ੋਰ ਲਾਉਂਦੇ ਹਾਂ, ਸੋ ਉੱਥੇ ਬ੍ਰੇਨ ਬਹੁਤ ਛੇਤੀ ਗਰੋਥ ਹਾਰਮੋਨ ਰਿਲੀਜ਼ ਕਰਦਾ। ਗਰੋਥ ਹਾਰਮੋਨ ਕੀ ਕਰਦਾ? ਆਪਣੇ ਮਸਲ ਸਪੇਅਰ ਕਰਦਾ, ਆਪਣੇ ਬੋਨ ਦੀ ਗਰੋਥ ਕਰਦਾ ਅਤੇ ਆਪਣੀ ਬਾਡੀ ਨੂੰ ਸਟਰੋਂਗ ਬਣਾਉਂਦਾ, ਤੁਹਾਡੇ ਮਸਲਾਂ ਦੀ ਗਰੋਥ ਕਰਦਾ। ਸੇਮ ਜਿਵੇਂ ਗਰੋਥ ਹਾਰਮੋਨ ਦੀ ਗੱਲ ਕਰੀ ਸੀ ਆਪਾਂ, ਟੈਸਟੋਸਟੇਰੋਨ ਵੀ ਵਧਣਗੇ, ਕਿਉਂਕਿ ਜਿਵੇਂ ਆਪਾਂ ਗੱਲ ਕਰਦੇ ਨੇ ਕੰਪਾਊਂਡ ਮੂਵਮੈਂਟ ਆ, ਜਦੋਂ ਸਾਰੀ ਬੰਦੇ ਦੀ ਬਾਡੀ ਦਾ ਜ਼ੋਰ ਲੱਗਦਾ, ਚਾਹੇ ਜਿਵੇਂ ਆਪਾਂ ਗੱਲ ਕਰਦੇ ਸੀ ਡੈਡ ਲਿਫਟ ਆ, ਚਾਹੇ ਸਕੁਆਟ, ਚਾਹੇ ਬੈਂਚ ਪ੍ਰੈਸ ਆ, ਸਪਰਿੰਟ ਵੀ ਇੱਦਾਂ ਦੀ ਚੀਜ਼ ਆ, ਜਦੋਂ ਤੁਸੀਂ ਸਪਰਿੰਟਿੰਗ ਲਾਏਗੇ ਉਹ ਤੁਹਾਡੇ ਟੈਸਟੋਸਟੇਰੋਨ ਬਹੁਤ ਬੂਸਟ ਜਾਣੇ ਨੇ। ਤੀਜੇ ਨੰਬਰ 'ਤੇ ਤੁਹਾਡੀ ਜਿਹੜੀ ਸਪਰਿੰਟਿੰਗ ਆ ਉਹ ਤੁਹਾਡੀ ਬਾਡੀ 'ਚ ਬਣਾਉਂਦੀ ਆ ਫਾਸਟ ਟਵਿਚ ਮਸਲ ਫਾਈਬਰ। ਹੁਣ ਤੁਸੀਂ 100 ਮੀਟਰ ਦੇ ਐਥਲੀਟ ਦੇਖੇ ਨੇ ਜਾਂ ਤੁਸੀਂ ਲੰਬੇ ਕ੍ਰੋਸ ਕੰਟਰੀ ਵਾਲੇ ਦੇਖਿਓ, ਜਿਹੜੇ ਕ੍ਰੋਸ ਕੰਟਰੀ ਵਾਲੇ ਐਥਲੀਟ ਹੁੰਦੇ ਨੇ ਲੰਬਾ ਭੱਜਦੇ ਨੇ ਜਾਂ 1200 ਮੀਟਰ ਜਾਂ 2000 ਮੀਟਰ 2400 ਮੀਟਰ ਇੱਦਾਂ ਦੀਆਂ ਰੇਸਾਂ ਲਾਉਂਦੇ ਨੇ, ਉਹਨਾਂ ਦੇ ਮਸਲ ਬਹੁਤ ਛੋਟੇ ਹੁੰਦੇ ਨੇ, ਗਿਰੇ ਗਿਰੇ ਪਤਲੇ ਜੇ ਵੀਕ। ਸੋ ਫਾਸਟ ਟਵਿਚ ਮਸਲ ਫਾਈਬਰ ਮਸਲ ਬੜੇ ਕਰਨ ਲਈ ਜ਼ਰੂਰੀ ਨੇ ਅਤੇ ਬਾਡੀ ਦੀ ਜਾਨ ਵਧਾਉਣ ਲਈ ਵੀ ਜ਼ਰੂਰੀ ਨੇ, ਅਤੇ ਇਹਦੇ ਨਾਲ ਨਾਲ ਜਿਹੜੇ ਸਰੀਰ ਨੂੰ ਬੈਨੀਫਿਟ ਹੁੰਦੇ ਨੇ ਉਹ ਤਾਂ ਬਹੁਤ ਜ਼ਿਆਦਾ ਨੇ ਸਪਰਿੰਟਾਂ ਦੇ। ਕਈ ਬੰਦੇ ਦੇ ਬ੍ਰੇਨ ਤੱਕ ਆਕਸੀਜਨ ਹੀ ਪਹੁੰਚਦੀ ਹੈਗੀ। ਹੁਣ ਜੇ ਸਪਰਿੰਟ ਲਾਉਂਦੇ ਹੋ ਸਾਰੀ ਬਾਡੀ ਦੇ ਵਿੱਚ ਬਲੱਡ ਸਰਕੂਲੇਸ਼ਨ ਬਹੁਤ ਤੇਜ਼ ਜਾਣਾ ਇਕੱਲੇ ਇਕੱਲੇ ਪਾਰਟ ਦੇ ਵਿੱਚ, ਇੱਕ ਤਾਂ ਤੁਹਾਡਾ ਹਾਰਟ ਹੈਲਦੀ ਰਹਿੰਦਾ, ਬਲੱਡ ਪਤਲਾ ਹੁੰਦਾ, ਕਾਰਡੀਓ ਜਿਹੜੀ ਵੈਸਕੁਲਰ ਹੈਲਥ ਆ ਤੁਹਾਡੀ ਉਹ ਵਧੀਆ ਹੁੰਦੀ ਆ, ਅਤੇ ਆਪਣੇ ਲੰਗਸ ਲਈ ਵਧੀਆ, ਫੇਫੜਿਆਂ ਲਈ ਵੀ ਵਧੀਆ, ਕਿਉਂਕਿ ਕਈ ਬੰਦਿਆਂ ਨੂੰ ਆਕਸੀਜਨ ਦੀ ਪ੍ਰੋਬਲਮ ਆਉਂਦੀ ਆ, ਕਈ ਬੰਦਿਆਂ ਨੂੰ ਆਸਥਮਾ ਹੁੰਦਾ ਜਾਂ ਹੋਰ ਜਿਹੜੀਆਂ ਲੰਗਸ ਦੀਆਂ ਪ੍ਰੋਬਲਮਾਂ ਨੇ, ਕਿਉਂਕਿ ਜਦੋਂ ਤੁਸੀਂ ਸਪਰਿੰਟ ਲਾਉਂਦੇ ਹੋ ਤੁਸੀਂ ਆਪਣੇ ਲੰਗ ਸਿਸਟਮ ਨੂੰ, ਤੁਹਾਨੂੰ ਸਾਹ ਚੜ੍ਹਦਾ ਉਹਨੂੰ ਤੁਸੀਂ ਗੁੱਡ ਬਣਾਉਂਦੇ ਹੋ, ਕਿਉਂਕਿ ਇੱਕ ਤੁਸੀਂ ਬਾਡੀ 'ਤੇ ਹੈਲਦੀ ਸਟ੍ਰੈਸ ਦਿੰਦੇ ਹੋ, ਉਹ 'ਤੇ ਬਾਡੀ ਰਿਕਵਰ ਹੁੰਦੀ ਆ, ਫਿਰ ਉਹ ਸਟ੍ਰੈਸ ਨੂੰ ਬਾਡੀ ਹੈਂਡਲ ਕਰਨਾ ਸਿੱਖਦੀ ਆ। ਜਦੋਂ ਤੁਹਾਡੀ ਬਾਡੀ 10-15 ਸਪਰਿੰਟ ਪੂਰੀ ਸਪਰਿੰਟਾਂ ਲਾਉਂਦੇ ਹੋ ਤੁਸੀਂ ਉਹ ਸਟ੍ਰੈਸ ਨੂੰ ਸਿੱਖ ਗਈ, ਫਿਰ ਤੁਹਾਡੀ ਬਾਡੀ ਦਾ ਇਮਿਊਨ ਸਿਸਟਮ ਵੀ ਸਟਰੋਂਗ ਹੁੰਦਾ, ਕਿਉਂਕਿ ਇੱਦਾਂ ਦੇ ਹੈਲਦੀ ਸਟ੍ਰੈਸ ਤੋਂ ਬਾਡੀ ਰਿਕਵਰ ਹੋਣਾ ਸਿੱਖ ਜਾਂਦੀ ਆ। ਕੱਲ੍ਹ ਨੂੰ ਤੁਸੀਂ ਕੋਈ ਸਟੈਮੀਨਾ ਵਾਲੀ ਕੋਈ ਹੋਰ ਚੀਜ਼ ਕਰਨੀ ਹੈ ਜਾਂ ਤੁਸੀਂ ਬਿਮਾਰ ਹੋਣ ਦੇ ਘੱਟ ਚਾਂਸ ਰਹਿਣਗੇ ਤੁਹਾਡੇ, ਕਿਉਂਕਿ ਤੁਹਾਡੀ ਬਾਡੀ ਹੁਣ ਸਟਰੋਂਗ ਬਣੀ ਹੋਈ ਆ, ਅਤੇ ਬਾਕੀ ਤੁਹਾਡਾ ਬਲੱਡ ਸ਼ੂਗਰ ਵੀ ਨੋਰਮਲ ਰਹੂਗਾ। ਬਲੱਡ ਸ਼ੂਗਰ ਕਿਉਂ ਨੋਰਮਲ ਰਹਿੰਦਾ? ਹੁਣ ਜਦੋਂ ਆਪਾਂ ਸਪਰਿੰਟ ਲਾਉਂਦੇ ਹਾਂ ਉਹਦੇ ਪਹਿਲੇ  5-4 ਸੈਕਿੰਡ, ਚਾਹੇ ਤੁਸੀਂ ਮੰਨ ਲਓ 30-40 ਮੀਟਰ ਤੱਕ ਆਪਾਂ ਕਰਟੇਨ ਐਨਰਜੀ ਯੂਜ਼ ਕਰਦੇ ਹੁੰਦੇ ਹਾਂ, ਜੋ ਬਹੁਤ ਘੱਟ ਆਪਣੇ ਕੋਲ ਹੁੰਦੀ ਆ, ਉਦੋਂ ਬਾਡੀ ਜਦੋਂ ਪੂਰੀ ਤੇਜ਼ ਆਪਾਂ ਕੋਈ ਐਕਟੀਵਿਟੀ ਕਰਦੇ ਹਾਂ ਪਹਿਲਾਂ ਕਰਟੇਨ ਕੰਮ ਕਰਦੀ ਹੈ, ਫਿਰ ਉਸ ਤੋਂ ਬਾਅਦ ਤੁਹਾਡਾ ਗਲਾਈਕੋਜਨ ਆ ਜਾਂਦਾ, ਫਿਰ ਜਦੋਂ ਹੌਲੀ ਹੋ ਜਾਂਦੇ ਹੋ ਅੱਗੇ ਜਾ ਕੇ ਜਾਂ ਫਿਰ ਉਧਰੋਂ ਤੁਰ ਕੇ ਤੁਸੀਂ ਵਾਪਸ ਆਉਂਦੇ ਹੋ, ਫਿਰ ਤੁਹਾਡੀ ਜ਼ਿਆਦਾ ਉੱਥੇ ਫੈਟ ਤੋਂ ਐਨਰਜੀ ਲੈਂਦੀ ਆ ਬਾਡੀ, ਮਤਲਬ ਹਾਈ ਇੰਟੈਂਸਿਟੀ 'ਤੇ ਜਾ ਕੇ ਬਾਡੀ ਨੇ ਜ਼ਿਆਦਾ ਕਾਰਬ ਅਤੇ ਗਲਾਈਕੋ
ਪਹਿਲਾਂ ਆਪਣੀ ਬਾਡੀ ਨੂੰ ਸਲੋਅ ਰਨਿੰਗ ਕਰਕੇ ਬਾਕੀ ਐਕਸਰਸਾਈਜ਼ਾਂ ਕਰਕੇ ਜੋ ਤੁਹਾਡੇ ਲਈ ਸੇਫ ਨੇ, ਕਿਉਂਕਿ ਜੇ ਤੁਸੀਂ ਭੱਜੇਂਗੇ ਉਹ ਕਈਆਂ ਦੀ ਖਿੱਚ ਪੈ ਜੂਗੀ ਮਸਲਾਂ ਦੇ ਵਿੱਚ, ਜਾਂ ਫਿਰ ਕਈਆਂ ਦੀਆਂ ਲੈਗ ਦੁਖਣ ਲੱਗ ਜਾਂਦੀਆਂ ਨੇ, ਕਿਉਂਕਿ ਵਜਨ ਬਹੁਤ ਹੁੰਦਾ ਹੱਡੀਆਂ 'ਤੇ, ਗੋਡਿਆਂ 'ਤੇ ਪ੍ਰੈਸ਼ਰ ਆਉਂਦਾ। ਸੋ ਹੌਲੀ ਹੌਲੀ ਜਦੋਂ ਜਦੋਂ ਤੁਹਾਨੂੰ ਲੱਗੂਗਾ ਕਿ ਹਾਂ ਅਸੀਂ ਲਾ ਸਕਦੇ ਹਾਂ, ਆਪਣੀ ਉਸ ਹਿਸਾਬ ਨਾਲ ਇੰਟੈਂਸਿਟੀ ਇਨਕਰੀਸ ਕਰੀ ਚੱਲਿਓ। ਕਾਰਡੀਓ ਐਕਸਰਸਾਈਜ਼ ਦੇ ਵਿੱਚ ਸਪਰਿੰਟਿੰਗ ਟੌਪ 'ਤੇ ਆ, ਜ਼ਰੂਰ ਲਾਇਆ ਕਰੋ ਦੌੜਾਂ। ਜਿੰਨੇ ਕੁ ਤੁਹਾਡੀ ਇੰਟੈਂਸਿਟੀ ਹੈ, ਜਿੰਨੇ ਕੁ ਤੁਸੀਂ ਐਡਵਾਂਸ ਹੋ ਜਾਂ ਬਿਗਨਰ ਹੋ, ਆਪਣੀਆਂ 10-15 ਸਪਰਿੰਟਾਂ ਹਿੱਟ ਕਾਰਡੀਓ ਦੇ ਵਿੱਚ ਲਾਇਆ ਕਰੋ। ਸੋ ਇਹੀ ਸੀਗੀ ਤੁਹਾਡੇ ਲਈ ਇਨਫੋਰਮੇਸ਼ਨ। ਹੁਣ ਆਪਾਂ ਮਿਲਦੇ ਹਾਂ ਨੈਕਸਟ ਵੰਚ। ਦਿਸ ਇਜ਼ ਹੈਰੀ ਮਿਡੇਰ, ਟੇਕ ਕੇਅਰ, ਵਾਹਿਗੁਰੂ ਮਿਹਰ ਕਰੇ।